ਪਿੰਡਾਂ ਦੇ ਵਿੱਚ ਲਗਾਤਾਰ ਲੜਾਈ ਝਗੜਿਆਂ ਦੇ ਮਾਮਲੇ ਦਿਨੋ ਦਿਨ ਹੀ ਵੱਧਦੇ ਜਾ ਰਹੇ ਨੇ ਤੇ ਜਦੋਂ ਕਿਤੇ ਇਨਸਾਫ ਦੀ ਮੰਗ ਕਰਨੀ ਹੋਵੇ ਤਾਂ ਮੀਡੀਆ ਦਾ ਬਹੁਤ ਵੱਡਾ ਸਹਾਰਾ ਲੈਣਾ ਪੈਂਦਾ ਹੈ ਆਮ ਲੋਕਾਂ ਨੂੰ। ਐਦਾਂ ਦੀ ਸਹਾਰਾ ਚੌਧਰੀ ਸ਼ਿਆਮ ਲਾਲ ਜੋ ਕਿ ਉਹਨਾਂ ਦੇ ਵਰਕਰ ਨਾਲ ਇੱਕ ਕੁਝ ਵਿਅਕਤੀਆਂ ਵੱਲੋਂ ਕੁੱਟਮਾਰ ਕੀਤੀ ਜਾਂਦੀ ਹੈ ਤੇ ਇਹਨਾਂ ਨੇ ਚੈਨਲ ਰਾਹੀਂ ਇੱਕ ਖਬਰ ਲਗਵਾਈ ਸੀ ਸਾਡੇ ਤੋਂ, ਉਸ ਸੰਬੰਧੀ ਅੱਜ ਸਰਕਾਰਾਂ ਤੇ ਪੁਲਿਸ ਪ੍ਰਸ਼ਾਸਨ ਦਾ ਇਹ ਧੰਨਵਾਦ ਕਰਨ ਲਈ ਸਾਡੇ ਨਾਲ ਜੁੜੇ ਨੇ। ਜਿਸ ਤਰੀਕੇ ਨਾਲ ਦੋਸ਼ੀਆਂ ਖਿਲਾਫ ਇੱਕ ਵੱਡੀ ਕਾਰਵਾਈ ਹੋਈ ਹੈ ਤੇ ਸਰਕਾਰਾਂ ਤੇ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕਰਨ ਲਈ ਇਹਨਾਂ ਨੇ ਸਾਨੂੰ ਅਪੀਲ ਕੀਤੀ ਸੀਗੀ ਦੁਬਾਰੇ ਸਾਡੀ ਨਿਊਜ਼ ਬਣਾਈ ਜਾਵੇ ਤੇ ਸਰਕਾਰਾਂ ਤੇ ਪੁਲਿਸ ਪ੍ਰਸ਼ਾਸਨ ਦਾ ਅਸੀਂ ਧੰਨਵਾਦ ਕਰਨਾ। ਚੌਧਰੀ ਸਾਹਿਬ ਕੀ ਕਹਿਣਾ ਚਾਹੁੰਦੇ ਆ ਜਿਸ ਤਰੀਕੇ ਨਾਲ ਤੁਹਾਡੇ ਵਰਕਰ ਨਾਲ ਕੁੱਟਮਾਰ ਕੀਤੀ ਹੈ ਦੋਸ਼ੀਆਂ ਵੱਲੋਂ ਤੇ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਬਹੁਤ ਵੱਡਾ ਇਨਸਾਫ ਮਿਲਿਆ ਤੁਹਾਨੂੰ? ਮੇਰੇ ਵੱਲੋਂ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਤੇ ਮੈਂ ਚੌਧਰੀ ਸ਼ਿਆਮ ਲਾਲ ਪਿੰਡ ਮਾਜਰੀਆਂ ਪੱਤੀ ਗੁੜਾ ਤੋਂ ਐਕਸ ਪੰਚ, ਮੇਰੀ ਧਰਮ ਪਤਨੀ ਮੈਂਬਰ ਜ਼ਿਲ੍ਹਾ ਪਰਿਸ਼ਦ ਮੋਹਾਲੀ ਤੀੜਾ ਜ਼ੋਨ ਤੋਂ, ਅਤੇ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ। 3 ਤਰੀਕ ਰਾਤ ਨੂੰ ਸਾਡੀ ਜਿਹੜੀ ਆ ਨਿਊਜ਼ ਲਾਈ ਸੀ ਖਾਲਸਾ ਟੀ ਵੀ ਚੈਨਲ ਨੇ ਅਤੇ ਉਹ ਮਨੀਸ਼ ਤਿਵਾੜੀ ਜੀ ਤੱਕ ਪਹੁੰਚੀ। ਸਾਨੂੰ ਸ਼ੱਕ ਸੀ ਵੀ ਮਨੀਸ਼ ਤਿਵਾੜੀ ਜੀ ਉਹਨਾਂ ਦੀ ਮਦਦ ਕਰ ਰਹੇ ਹੈ ਅਤੇ ਮਨੀਸ਼ ਤਿਵਾੜੀ ਜੀ ਦਾ 9:30-10 ਵਜੇ ਦੇ ਕਰੀਬ ਮੈਨੂੰ ਫੋਨ ਆਇਆ ਅਤੇ ਮੈਂ ਉਹਨਾਂ ਨੂੰ ਸਾਰੀ ਵਾਰਦਾਤ ਬਾਰੇ ਜਾਣੂ ਕਰਵਾਇਆ। ਜਾਣੂ ਕਰਵਾਉਣ ਤੋਂ ਬਾਅਦ ਉਹਨਾਂ ਨੇ SHO ਮੁੱਲਾਪੁਰ ਨੂੰ ਮੈਂ ਨਾਲ ਗੱਲ ਕੀਤੀ ਹੈ ਅਤੇ ਅਪਰ ਅਫਸਰ ਸਾਹਿਬਾਨ ਨਾਲ ਸਾਰਿਆਂ ਨਾਲ ਗੱਲਬਾਤ ਕਰਕੇ ਅਤੇ ਜਿਹੜਾ ਸਾਨੂੰ ਇਨਸਾਫ ਮਿਲਿਆ ਸੇ ਸਾਨੂੰ ਬੜੀ ਖੁਸ਼ੀ ਦੀ ਗੱਲ ਹੈ ਅਤੇ ਸਾਨੂੰ MP ਸਾਹਿਬ ਨੇ ਇਨਸਾਫ ਬਿਲਕੁਲ ਸੱਚਾਈ ਦੇਖ ਕੇ ਸਾਡੀ ਮਦਦ ਕੀਤੀ ਹੈ, ਜਾਣੀ ਕਿ ਇਨਸਾਫ ਦਵਾਇਆ ਸਾਨੂੰ। ਅਤੇ ਹੁਣ ਮੈਂ ਪੁਲਿਸ ਪ੍ਰਸ਼ੰਸਾ ਅਤੇ ਤਿਵਾੜੀ ਸਾਹਿਬ ਦਾ ਧੰਨਵਾਦ ਕਰਦਾ ਕਿਉਂਕਿ ਸਾਨੂੰ ਜਿਹੜੀ ਸਾਡੇ ਮੁੰਡੇ ਦੇ ਨਾਲ ਧੱਕੇਸ਼ਾਹੀ ਹੋ ਕੇ ਕਿਡਨੈਪ ਕਰਕੇ ਨਜਾਇਜ਼ ਹੋਈ ਹੈ, ਵਾਰਦਾਤ ਕੀਤੀ ਹੈ ਇਹਨਾਂ ਲੋਕਾਂ ਨੇ ਸ਼ਰਾਰਤੀ ਅਨਸਰਾਂ ਨੇ, ਅਤੇ ਸਾਨੂੰ ਇਨਸਾਫ ਮਿਲਿਆ। ਅਤੇ ਕੱਲ੍ਹ ਉਹਨਾਂ ਬੰਦਿਆਂ ਦੀ ਇੱਕ ਬੇਲ ਲੱਗੀ ਹੋਈ ਸੀ ਐਂਟੀਸਪੇਟਰੀ, ਉਹਨਾਂ ਨੇ ਸੈਸ਼ਨ ਜੱਜ ਮੋਹਾਲੀ ਦੇ ਲਾਈ ਸੀ ਅਤੇ ਉਹ ਵੀ ਉਹਨਾਂ ਦੀ ਕੈਂਸਲ ਹੋ ਗਈ। ਅਤੇ ਬਾਕੀ ਹੁਣ ਮੈਂ ਤਾਂ ਇਹੀ ਕਹਿੰਦਾ ਬਈ ਜਿੱਦਾਂ ਸਾਨੂੰ ਇਨਸਾਫ ਮਿਲਿਆ ਹੈ ਅਤੇ ਅਸੀਂ ਅਕਾਲੀ ਦਲ ਵੱਲੋਂ ਅਕਾਲੀ ਦਲ ਦੇ ਵਰਕਰ ਹੈ ਅਤੇ ਤਿਵਾੜੀ ਸਾਹਿਬ ਨੇ ਸਾਡੀ ਆਵਾਜ਼ ਸੁਣੀ ਅਤੇ ਮੈਨੂੰ ਕੱਲ੍ਹ ਪਤਾ ਲੱਗਿਆ ਉਹ ਕੰਗ ਸਾਹਿਬ ਦੇ ਕੋਲ ਗਏ ਹੈ। ਉਹ ਬੰਦੇ ਸਾਡੇ 5 ਪਿੰਡਾਂ ਦੇ ਵਿੱਚੋਂ 2-2, 3-3 ਵਿਅਕਤੀ ਹੈ ਜਿਹੜੇ ਕਿ ਬਿਲਕੁਲ ਬਲੈਕਮੇਲ ਕਰਦੇ ਆ ਇੱਥੇ ਲੋਕਾਂ ਨੂੰ ਨਾ, ਜਿਹੜੇ ਕਿ ਜੇ ਕਿਸੇ ਨੇ ਇੱਥੇ ਕੋਈ ਫਾਰਮ ਬਣਾਇਆ ਜਾਂ ਕੋਈ ਬੰਦੇ ਨੇ ਆ ਕੇ ਜ਼ਮੀਨ ਖਰੀਦ ਲਈ ਉਹਨੂੰ ਜਾ ਕੇ ਹਰ ਉਹਦੇ 'ਚ ਜਾ ਕੇ ਪੰਗਾ ਪਾਉਣਾ ਸਟਾਰਟ ਕਰ ਦੇਣਾ ਵੀ ਇਹਦੇ ਸਾਡੇ ਹਿੱਸੇਦਾਰੀ ਹੈ ਜੀ, ਸਾਡਾ ਇਹਦੇ ਲੱਕੜ ਹੈ ਜੀ, ਸਾਡਾ ਫਲਾਣੀ ਚੀਜ਼ ਹੈ, ਉਹ ਗੁੰਮਰਾਹ ਕਰਦੇ ਹੈ। ਹੁਣ ਕਾਂਗਰਸ ਦਾ ਜਿਹੜਾ ਸਾਡੇ ਇੱਥੇ ਵਰਕਰ ਹੈ ਜਿੱਦਾਂ ਸਾਡੇ ਚੌਧਰੀ ਆਤਮਾ ਰਾਮ ਜੀ ਹੈ ਪਿੰਡ ਕਸੌਲੀ ਤੋਂ, ਕੰਗ ਸਾਹਿਬ ਬੇਸ਼ੱਕ ਉਹਨਾਂ ਤੋਂ ਪਤਾ ਕਰ ਲੈਣ ਬਈ ਇਹ ਬੰਦੇ ਜਿਹੜੇ ਇਹ ਕਾਂਗਰਸੀ ਹੈ ਜਾਂ ਅਕਾਲੀ ਦਲ ਦੇ ਹੈ, ਇਹ ਬੰਦੇ ਨਾ ਕਾਂਗਰਸੀ ਹੈ ਨਾ ਅਕਾਲੀ ਦਲ ਦੇ ਹੈ, ਇਹਨਾਂ ਦਾ ਤਾਂ ਸਿਸਟਮ ਹੈ ਬਸ ਬਈ ਗੰਗਾ ਗੇ ਗੰਗਾ ਦਾਸ, ਜਮਨਾ ਗੇ ਜਮਨਾ ਦਾਸ, ਇਹਨਾਂ ਦਾ ਕੋਈ ਦੀਨ ਨਹੀਂ ਧਰਮ ਨਹੀਂ। ਬਲੈਕਮੇਲ ਕਰਦੇ ਆ ਲੋਕਾਂ ਨੂੰ, ਹਰੇਕ ਬੰਦੇ ਨੂੰ ਦਰਖਾਸਤ ਦੇ ਕੇ ਕੇਸ ਪਾ ਕੇ ਕਰਕੇ ਉਹਨਾਂ ਤੋਂ ਪੈਸੇ ਬਟੋਰਦੇ ਹੈ। ਅਤੇ ਸਾਨੂੰ ਤਾਂ ਤਿਵਾੜੀ ਸਾਹਿਬ ਦੇ ਦਾ ਅਸੀਂ ਧੰਨਵਾਦ ਕਰਦੇ ਹਾਂ, ਖਾਲਸਾ TV ਚੈਨਲ ਦਾ ਧੰਨਵਾਦ ਕਰਦੇ ਹਾਂ। ਅਤੇ ਸਾਡੇ ਜਿਹੜੇ ਅਕਾਲੀ ਦਲ ਦੇ ਲੀਡਰ ਸਾਹਿਬਾਨ ਆ ਜਿੱਦਾਂ ਕਿ ਸਾਡੇ ਪ੍ਰੇਮ ਸਿੰਘ ਚੰਦੂਮਾਰਾ ਸਾਹਿਬ ਹੈ ਅਤੇ ਸਾਡੇ ਰਣਜੀਤ ਸਿੰਘ ਗਿੱਲ ਸਾਹਿਬ ਹੈ, ਉਹਨਾਂ ਨੇ ਸਾਡੇ ਨਾਲ ਮੋਢਾ ਜੋੜ ਕੇ ਜਿਹੜੀ ਸਾਡੀ ਮਦਦ ਕੀਤੀ ਹੈ, ਇਨਸਾਫ ਦਵਾਇਆ ਸਾਨੂੰ, ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਅਤੇ ਕੰਗ ਸਾਹਿਬ ਨੂੰ ਬੇਨਤੀ ਕਰਦੇ ਹਾਂ ਵੀ ਇਹਨਾਂ ਗਲਤ ਬੰਦਿਆਂ ਦੀ ਮਦਦ ਨਾ ਕਰਨ ਕਿਉਂਕਿ ਇਹ ਇੱਥੇ ਕੋਈ ਵੱਡਾ ਨੁਕਸਾਨ ਕਰ ਦੇਣਗੇ, ਜਿੱਦਾਂ ਕਿ ਉਹਨਾਂ ਨੇ ਜਿਹੜੀ ਨੀਤੀ ਨਾਲ ਮੋਢਾ ਚੁੱਕਿਆ ਸੀ। ਅਤੇ ਉੱਥੇ ਮੈਨੂੰ ਲੱਗਦਾ ਸੀ ਵੀ ਜੇਕਰ ਜਿੱਦਾਂ ਸਾਡਾ ਪਰਿਵਾਰ ਅਸੀਂ ਆਪਣੇ ਫਾਰਮ 'ਤੇ ਸੀ ਕੁਦਰਤੀ ਮੈਂ, ਸਾਡਾ ਸਾਰਾ ਪਰਿਵਾਰ ਘਰ ਸੀ, ਅਤੇ ਜਦੋਂ ਸਾਨੂੰ ਪਤਾ ਲੱਗਿਆ ਉਹਨਾਂ ਦੀ ਨੀਤੀ ਇਹ ਸੀ ਵੀ ਸਾਰੇ ਬੰਦੇ ਇੱਥੇ ਲੜਨ ਵਾਸਤੇ ਆਉਣਗੇ ਅਤੇ ਅਸੀਂ ਉਹਨਾਂ ਦੇ ਖਿਲਾਫ਼ ਪਰਚੇ ਦਰਜ ਕਰਾਵਾਂਗੇ ਅਤੇ ਸਾਡੇ 'ਤੇ ਮਾਰਕੁੱਟ ਕਰਕੇ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਸੀ। ਅਤੇ ਇੱਦਾਂ ਦੇ ਗਲਤ ਬੰਦਿਆਂ ਦੇ ਨੱਥ ਪਾਈ ਹੈ ਜਿਹੜੀ ਸਰਕਾਰ ਨੇ, ਅਸੀਂ ਬੜੇ ਖੁਸ਼ ਹਾਂ ਇਸ ਗੱਲ ਤੋਂ। ਲੋਕਾਂ ਵੱਲੋਂ ਇੱਕ ਕਿਹਾ ਜਾਂਦਾ ਹੈ ਕਿ ਸੱਤਾ ਦੇ ਵਿੱਚ ਕਾਂਗਰਸ ਹੈ ਅਤੇ ਤੁਸੀਂ ਅਕਾਲੀ ਵਰਕਰ ਹੋ, ਅਤੇ ਕਿ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਸੀ ਕਿ ਸਰਕਾਰਾਂ ਤੁਹਾਡੀ ਮਦਦ ਨਹੀਂ ਕਰਨਗੀਆਂ ਜਾਂ ਪੁਲਿਸ ਪ੍ਰਸ਼ਾਸਨ ਤੁਹਾਡੀ ਨਹੀਂ ਸੁਣਵਾਈ ਹੋਵੇਗੀ, ਕਿ ਜਿਸ ਤਰੀਕੇ ਨਾਲ ਹੁਣ ਤੁਹਾਨੂੰ ਇਨਸਾਫ ਮਿਲਿਆ, ਕੀ ਲੋਕਾਂ ਨੂੰ ਅਪੀਲ ਕਰਨ ਜਾਂਦੇ ਜਿਹੜੇ ਲੋਕ ਦੇਖ ਰਹੇ ਨੇ ਕਿ ਹਾਂ ਕਿ ਸੱਚ ਦੇ ਆਧਾਰ 'ਤੇ ਤੁਹਾਡਾ ਫੈਸਲਾ ਹੋਇਆ? ਉਹ ਕੀ ਜਿੱਦਾਂ 29 ਤਰੀਕ ਨੂੰ ਵਾਕਾ ਹੋਇਆ ਸਵੇਰੇ 10 ਵਜੇ, ਵਾਕੇ ਤੋਂ ਬਾਅਦ ਅਸੀਂ 3-4 ਦਿਨ ਮੈਂ SSP ਸਾਹਿਬ ਨੂੰ ਵੀ ਮਿਲਿਆ ਜਾ ਕੇ, ਅਤੇ DSP ਸਾਹਿਬ ਨੂੰ ਵੀ ਮਿਲਿਆ, ਅਤੇ SHO ਸਾਹਿਬ ਨੂੰ ਮਿਲਿਆ, ਅਤੇ ਸਾਡੀ ਗੱਲ ਕਿਸੇ ਨੇ ਨਹੀਂ ਸੁਣੀ। ਜਾਣੀ ਕਿ SSP ਸਾਹਿਬ ਨੇ ਸਾਨੂੰ ਪੂਰਾ ਭਰੋਸਾ ਦਵਾਇਆ ਬਈ ਤੁਹਾਨੂੰ ਇਨਸਾਫ ਮਿਲੂਗਾ, ਉਹ ਤੋਂ ਬਾਅਦ DSP ਸਾਹਿਬ ਕੋਲ ਗਏ ਅਸੀਂ SHO ਸਾਹਿਬ ਨੂੰ। ਅਤੇ ਪਰ ਚਲੋ ਜਦੋਂ ਆਪਾਂ ਚੈਨਲ 'ਤੇ ਆਏ ਹਾਂ ਅਤੇ ਮਨੀਸ਼ ਤਿਵਾੜੀ ਜੀ ਤੱਕ ਮੈਸੇਜ ਪਹੁੰਚਿਆ ਅਤੇ ਉਹਨਾਂ ਨੇ ਮੈਨੂੰ ਫੋਨ ਕੀਤਾ ਰਾਤ ਨੂੰ 9:30 ਵਜੇ, ਅਤੇ ਬੜੀ ਖੁਸ਼ੀ ਦੀ ਗੱਲ ਹੈ। ਦੇਖੋ ਸਰਕਾਰਾਂ ਤਾਂ ਕਦੇ ਅਕਾਲੀ ਦਲ ਦੀ ਹੈ, ਕਦੇ ਕਾਂਗਰਸ ਦੀ ਹੈ, ਕਦੇ ਕਿਸੇ ਹੋਰ ਦੀ ਹੈ, ਇਹ ਤਾਂ ਚੱਲਦੀ ਰਹਿਣੀ ਹੈ। ਇਨਸਾਨੀਅਤ ਦੇ ਨਾਤੇ ਜੋ ਫਰਜ਼ ਬਣਦਾ, ਇਨਸਾਨੀਅਤ ਦੇ ਨਾਤੇ ਉਹ ਤਿਵਾੜੀ ਸਾਹਿਬ ਨੇ ਫੁੱਲ ਨਿਭਾਇਆ, ਪੂਰਾ ਨਿਭਾਇਆ।
ਅਸੀਂ ਇਸੇ ਕਰਕੇ ਤਵਾੜੀ ਸਾਹਿਬ ਦਾ ਧੰਨਵਾਦ ਕਰਦੇ ਹਾਂ ਅਤੇ ਨਾਲੇ ਐਸ ਐਸ ਪੀ ਸਾਹਿਬ ਦਾ, ਡੀ ਐਸ ਪੀ ਸਾਹਿਬ ਦਾ ਅਤੇ ਐਸ ਐਚ ਓ ਸਾਹਿਬ ਦਾ। ਅਤੇ ਹੁਣ ਉਹਨਾਂ ਨੇ ਕੱਲ੍ਹ ਸੈਸ਼ਨ ਜੱਜ ਮੋਹਾਲੀ ਦੇ ਜੱਜ ਸਾਹਿਬ ਦੇ ਉਹਨਾਂ ਨੇ ਬੇਲ ਲਾਈ ਸੀ ਜਿਹੜੀ ਕਿ ਉਹਨਾਂ ਦੀ ਐਂਟੀ ਸਵੇਟ ਦੀ ਬੇਲ, ਉਹ ਕੈਂਸਲ ਹੋ ਗਈ। ਅਤੇ ਉਹ ਅੱਜ ਵੀ ਸਵੇਰੇ ਬੰਦੇ ਪੰਜ ਸੱਤ ਬੰਦੇ ਜਿਹੜੇ ਸਾਡੇ ਪੰਜੇ ਸੱਤੇ ਮੈਂਬਰ ਸੀ ਨਾ, ਉਹ ਪੰਜੇ ਸੱਤੇ ਮੈਂਬਰ ਅੱਜ ਵੀ ਪਿੰਡ ਦੇ ਵਿੱਚ ਇੱਦਾਂ ਘੁੰਮ ਰਹੇ ਸੀ ਜਿੱਦਾਂ ਕਿ ਕਿਤੇ ਵਿਆਹ ਦਾ ਮਾਹੌਲ ਹੋਵੇ ਪੂਰਾ ਉਹਦੇ ਨਾਲ, ਜਦਕਿ ਉਹਨਾਂ ਦੇ ਖਿਲਾਫ਼ ਪੰਜ ਸੱਤ ਪਰਚੇ ਇਕੱਲੇ ਦੇ ਖਿਲਾਫ਼ ਦਰਜ ਹੈ। ਜਿਹੜੇ ਦੋਸ਼ੀਆਂ ਖਿਲਾਫ਼ ਪਰਚੇ ਦਰਜ ਹੋਏ ਨੇ, ਅਰੈਸਟ ਵੀ ਹੋਇਆ ਉਹਨਾਂ ਵਿੱਚੋਂ ਕੋਈ? ਉਹਨਾਂ 'ਚੋਂ ਅਰੈਸਟ ਤਾਂ ਜੇ ਮੇਰੇ ਧਿਆਨ 'ਚ ਤਾਂ ਕੋਈ ਹੈ ਨਹੀਂ, ਹੋਇਆ ਨਹੀਂ ਹੈ। ਮੈਂ ਐਸ ਐਸ ਪੀ ਸਾਹਿਬ ਨੂੰ ਬੇਨਤੀ ਕਰਦਾ ਬਈ ਜੇ ਇਹਨਾਂ ਦੀ ਹੁਣ ਜਿੱਦਾਂ ਐਂਟੀਸਪੇਟਰੀ ਬੇਲ ਕੈਂਸਲ ਹੋ ਗਈ ਅਤੇ ਇਹਨਾਂ ਦੀ ਅਰੈਸਟਾਂ ਪਾਈਆਂ ਜਾਣ ਤਾਂ ਕਿ ਜਿਹੜੀ ਗੁੰਡਾਗਰਦੀ ਫੈਲਾ ਰਹੇ ਹੈ ਉਹ 'ਤੇ ਨੱਥ ਪਾਈ ਜਾਊਗੀ। ਤੁਸੀਂ ਦੇਖ ਸਕਦੇ ਹੋ ਕਿ ਇਨਸਾਫ ਭਾਵੇਂ ਕਾਂਗਰਸ ਦੀ ਸਰਕਾਰ ਹੋਵੇ ਭਾਵੇਂ ਅਕਾਲੀ ਦੀ ਸਰਕਾਰ ਹੋਵੇ, ਸਰਕਾਰਾਂ ਨੇ ਸਾਬਤ ਕਰ ਦਿੱਤਾ ਕਿ ਇੱਕ ਆਮ ਇਨਸਾਨ ਨੂੰ ਵੀ ਇਨਸਾਫ ਮਿਲ ਸਕਦਾ ਹੈ ਅਤੇ ਜੋ ਦੋਸ਼ੀ ਹੁੰਦੇ ਨੇ ਉਹਨਾਂ ਦੇ ਖਿਲਾਫ਼ ਇੱਕ ਵੱਡੀ ਕਾਰਵਾਈ ਹੋ ਸਕਦੀ ਹੈ। ਲੋਕਾਂ ਨੂੰ ਅੱਜ ਇੱਕ ਵਿਸ਼ਵਾਸ ਦਿਲਾਇਆ ਗਿਆ ਸਰਕਾਰਾਂ ਵੱਲੋਂ, ਇਹਨਾਂ ਨੇ ਸਰਕਾਰਾਂ ਜਿਸ ਤਰੀਕੇ ਨਾਲ ਧੰਨਵਾਦ ਕੀਤਾ ਹੈ ਕਿ ਸਰਕਾਰਾਂ ਕਾਂਗਰਸ ਦੀ ਹੈ ਅਤੇ ਆਪ ਅਕਾਲੀ ਆਗੂ ਨੇ, ਫਿਰ ਵੀ ਇਹਨਾਂ ਦੀ ਸੁਣਵਾਈ ਹੋਈ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਅਤੇ ਨਾਲ ਹੀ ਸਰਕਾਰਾਂ ਵੱਲੋਂ ਵੀ। ਅਤੇ ਇੱਦਾਂ ਅਸੀਂ ਸਰਕਾਰਾਂ ਨੂੰ ਦੋਸ਼ ਦਿੰਦੇ ਹਾਂ, ਸਰਕਾਰ ਭਾਵੇਂ ਅਕਾਲੀ ਦੀ ਹੋਵੇ ਭਾਵੇਂ ਕਾਂਗਰਸ ਦੀ ਹੋਵੇ, ਪਰ ਇੱਥੇ ਬਹੁਤ ਵੱਡਾ ਅੱਜ ਇੱਕ ਮਿਸਾਲ ਕਾਇਮ ਹੋ ਗਈ ਕਿ ਸਰਕਾਰਾਂ ਵੱਲੋਂ ਇਨਸਾਫ਼ ਮਿਲ ਸਕਦਾ ਹੈ। ਤੁਹਾਡੇ ਨਾਲ ਕੈਮਰਾਮੈਨ ਕਰਨ ਸ਼ਰਮਾ ਦੇ ਨਾਲ ਹਰਤੇਜ ਸਿੰਘ ਤੇਜੀ, ਖਾਲਸਾ ਟੀਵੀ ਚੈਨਲ।